ਜੀ ਜਿਹੜਾ ਮੁਕਾਬਲਾ ਹੋਇਆ ਭਾਈ ਬੂਟਾ ਸਿੰਘ ਡੁਗਰੀ ਦਾ ਪਿੰਡ ਬਰਾਣੇ ਚ ਉਸ ਦਿਨ ਬਾਬੇ ਮਾਨੋਚਾਲ ਦੇ ਨਾਲ ਕੌਣ ਸਨ ਕਿਵੇਂ ਨਿਕਲਦੇ ਆ ਤੇ ਕਿਵੇਂ ਭਾਈ ਬੂਟਾ ਸਿੰਘ ਸ਼ਹੀਦ ਹੁੰਦੇ ਆ ਬਰਾਣੇ ਦਾ ਮੁਕਾਬਲਾ ਦੱਸੋ ਹੋ ਜੀ ਅਸੂ ਮਹੀਨਾ ਹੀ ਝੋਨੇ ਦੇ ਕਟੇ ਗਏ ਝੋਨੇ ਦੀ ਕਟਾਈ ਹੋ ਚੁੱਕੀ ਤੇ ਬਾਬਾ ਜੀ ਦੇ ਮੁਤਾਬਕ ਬਾਬਾ ਜੀ ਨੇ ਮੈਨੂੰ ਇਹ ਕਹਾਣੀ ਬੜੀ ਅਨੰਦ ਸਹੀ ਸੀ ਕਿ 3 ਵਜ ਕੇ ਤੇ 20 ਮਿੰਟ ਤੇ ਸਾਨੂੰ ਕਿਹੜਾ ਪੈ ਚੁੱਕਾ ਹੈ ਸਵੇਰੇ ਸ਼ਾਮ ਪਹਿਰੇ ਸ਼ਾਮ ਪਹਿਰੇ ਹਾਂ ਕਿਉਂਕਿ ਉਦੋਂ 6:00 7:00 ਵਜੇ ਤੱਕ ਮਦਦ ਸੂਰਜਿੰਦਾ 6:30 ਵਜੇ ਤੱਕ 3:00 ਵਜੇ ਕਹਿੰਦੇ 20 ਮਿੰਟ ਤੇ ਖਿਰਾ ਪੈ ਗਿਆ ਤੇ ਜਿਸ ਵੇਲੇ ਜਾ ਕੇ ਛੋਟਾ ਜਿਹਾ ਖਾਲਸੀ ਘਰੋਂ ਭੱਜ ਕੇ ਦੂਰ ਖਾਲਸੇ ਦਾ ਪੋਜੀਸ਼ਨ ਲੈ ਜਦੋਂ ਵੇਖਿਆ ਵੀ ਘੇਰੇ-ਘੇਰੇ ਸਾਰੇ ਕਵਰ ਹੋ ਗਏ ਆ ਸੀਆਰਪੀ ਘੇਰੇ-ਘੇਰੇ ਆ ਉਹ ਸਰੇ ਖਾਲਸੇ ਮੁੜ ਕੇ ਇਹਨਾਂ ਦੇ ਵੀ ਅਹੀਂ ਕਦੀ ਉਧਰ ਗੋਲੀ ਛਿਲਾ ਲਈਏ ਕਦੀ ਉਧਰ ਛਿਲਾ ਲਈਏ ਤੇ ਘੜੀ ਨਾ ਟਾਈਮ ਆਦੇਵੇਂ ਨੇ ਵੀ ਸਾਡੀ ਚੜ੍ਹਾਈ ਕਿਹੜੇ ਟਾਈਮ ਹੁੰਦੀ ਆ ਇਹ ਜਿਹੜਾ ਬਾਬਾ ਮਾਨੋਚਾਲ ਦੇ ਕਹਿੰਦੇ ਮੈਨੂੰ ਥੋੜਾ ਰੋਕ ਕੇ ਦੱਸੋ ਕਿ ਬਾਬਾ ਜੀ ਇਹ ਪ੍ਰਭਾਵ ਦੇ ਰਹੇ ਸੀ ਕਿ ਅਸੀਂ ਵੱਧ ਜਾਣੇ ਆ ਆ ਗੋਲੀ ਤੇ ਸਾਰੀ ਬੰਨੀ ਚੱਲਣੀ ਲਾਉਣੀ ਪਈ ਕਦੀ ਕਿਹੇ ਬਨੇਗਾ ਤੇ ਉਦੋਂ ਜਿਹੜੀ AK47 ਸੀ ਨਾ ਇਹ ਸਿਰਫ ਨਵੀਂ ਨਵੀਂ ਆਈ ਸੀ ਦੋ ਤਿੰਨ ਗੰਨਾ ਤੇ ਬਾਬੇ ਮਾਨੋਚਲ ਕੋਹੇ ਤੇ ਉਹ ਜਿਹੜੇ ਸੀਆਰਪੀ ਵਾਲੇ ਹੀ ਕੀਰੇ ਵਾਲੇ ਆਉਂਦੇ ਅੱਗੇ 2147 ਚੱਲ ਰਹੀ ਜੀ ਦੀ ਡੈਸ਼ ਦਿੰਨੀ ਨਹੀਂ ਦੋ ਤਿੰਨ ਗੰਨਾ ਫਿਰ ਹੋਰ ਕਿਤੇ ਕਿਤੇ ਕੋਲ ਸੀ ਉਸ ਇੱਕ ਡਾਕਟਰ ਰੇਸ਼ਮ ਸਿੰਘ ਮੱਲਮੋਈ ਉਹ ਥੋੜੇ ਚਿਰ ਹੋ ਗਿਆ ਉਹ ਵਿੱਚ ਦਾ ਚੜਾਈ ਕਰ ਚੁੱਕਾ ਸਿੰਘ ਤੇ ਬਾਈ ਬੂਟਾ ਸੇ ਕੋਲ ਦੁਜੀਗਨ ਸੀ ਇਹ ਤੇ ਸ਼ਹੀਦ ਹੋ ਗਏ ਰਾਤ ਨੂੰ 6 ਵਜੇ ਦੇ 20 ਮਿੰਟ ਦੇ ਆਉਂਦੇ ਵਿੱਚ ਸਾਨੂੰ ਇੱਥੋਂ ਨਿਕਲਣ ਦਾ ਮੁੜ ਕੇ ਮੌਕਾ ਮਿਲਿਆ ਉਹ ਵੀ ਕਰੌਨ ਕਰਕੇ ਆਉਂਦੇ हां जी गुਟਾਂ ਦੇ ਬਾਲਪੇ ਗੁਟਾਂ ਦੇ ਲੰਮੇ ਲੰਮੇ ਪੈ ਕੇ ਨਿਕਲ ਦਾ ਮੌਕਾ ਮਿਲਿਆ ਘੇਰੇ ਚ ਹੂੰ ਇੱਕ ਸੇ ਉਹ ਵੀ ਇਦਾਂ ਹੋਇਆ ਕਿ ਜਦੋਂ ਸ਼ਾਮੀਆਂ ਦੇ ਵੀ ਇੱਕ ਅਵਸਰ ਹੀ ਕੋਈ ਤੇ ਕੋਈ ਵਾਇਰਲ ਸੀ ਤੇ ਮੈਨੂੰ ਗੱਲ ਸੁਣ ਡਈ ਸਾਰੀ ਹੂੰ ਉਹ ਗਨ ਜਿਹੜੀ ਸੀ ਉਹਦੇ ਚ ਰੇਤਾ ਰਾਤਾਂ ਦੇ ਫਸ ਗਈ ਮੈਂ ਮੈਗਜ਼ੀਨ ਲਾ ਕੇ ਨਾਲ ਸਾਫ਼ ਕਰਦੇ ਤੇ ਉਹ ਉੱਤੇ ਝੜ ਰਿਹਾ ਹੈ ਆਕੇ ਪੀ ਹੋਰ ਬੜੀ ਹੋਰ ਬੜੀ ਉਹਨਾਂ ਕੋ ਹੁੰਦਾ ਹੈ 38 ਡਾਰ ਵਾਲਵਰ ਬਹੁਤ ਵਧੀਆ ਉਹਦੀ 68 ਜਾਂਦੇ ਹੀ ਗੋਲੀ ਮਾਰੀ ਉਹਦੀ ਮਾਰ ਬਹੁਤ ਦੂਰ ਤੱਕ ਸੀ ਹੂੰ ਉਹ ਜਿਵੇਂ ਵੇਲੇ ਆਂਦੇ ਵੀ ਉਹਦੇ ਅਫਸਰ ਦੇ ਵਜੇ ਤੇ ਉਹਦੀ ਚੀਕ ਵਜੀ ਉਦੋਂ ਬਾਅਦ ਆਂਦੇ ਮੁੜ ਕੇ ਗੋਲੀ ਨਹੀਂ ਚੱਲੀ ਅੱਛਾ ਨਾ ਮੈਂ ਚਲਾਈ ਨਾ ਉਹਨਾਂ ਚਲਾਈ ਫਿਰ ਜਦੋਂ ਆਂਦਾ ਹਨੇਰੇ ਹੋਏ ਉਦੋਂ ਵੇਖਿਆ ਵੀ ਹੁਣ ਇਹ ਇਕੱਠੇ ਹੋ ਗਏ ਆ ਪੰਜ ਪੰਜ ਸੱਤ ਸੱਤ ਜਾਨੇ ਜਿਹੜਾ ਅੱਗੇ ਦੇ ਇੱਕ ਇੱਕ ਖਲੋਤੇ ਫਿਰ ਉਹ ਨਿਕਲ ਕੇ ਤੇ ਆਂਦੇ ਛੋਟੇ ਜਿਹੇ ਪੱਠਿਆਂ ਦਾ ਟੱਕ ਸੀ ਉਹਦੇ ਚ ਗਏ ਇੱਕ ਦੋ ਕਨਾਲ ਉਥੋਂ ਗਾਂ ਫੇਰ ਆਂਦੇ ਪਤਾ ਲੱਗਿਆ ਮੈਂ ਘੇਰੇ ਚੋਂ ਨਿਕਲ ਚੁੱਕੇ ਆ ਉਦਾਂ ਨਿਕਲੇ ਅੱਛਾ ਜਿਹੜਾ ਬਾਬੇ ਮਾਨੋਚਾਲ ਗਰੀਲਾ ਜੰਗ ਲੜੇ ਸਨ ਖਾਲਸਾ ਦੀ ਪ੍ਰਾਪਤੀ ਲਈ ਤੁਸੀਂ ਉਹਨਾਂ ਨੂੰ ਕਈ ਵਾਰੀ ਵੇਖਿਆ ਕਈ ਵਾਰੀ ਮਿਲੇ अनेका ਵਾਰ ਜਿਹੜਾ ਸਿੰਘ ਜੂਝਦਾ ਵਾ ਵੱਡੀਆਂ ਫੋਰਸਾਂ ਦੇ ਨਾਲ ਬਾਬੇ ਮਾਨੋਚਾਲ ਕੋਲ ਅਸਲੇ ਦੀ ਤਿਆਰੀ ਕਿੰਨੀ ਰਹਿੰਦੀ ਸੀ ਵੇਖੋ ਉਹਦੇ ਕੋਲ ਤਾਰ ਤਿਆਰ ਪਰ ਤਿਆਰੀ ਦੇਖ ਜੀ ਵੀ ਕਿੰਨੇ ਕਿਉਂਕਿ ਇੱਕ ਘੱਟ ਤੋਂ ਘੱਟ 500 ਰੋਂ ਤੋਂ ਥੱਲੇ ਨਹੀਂ ਉਹ ਆਪਣੇ ਕੋਲ ਰੱਖਦੇ ਥੱਲੇ ਤੋਂ ਥੱਲੇ ਉਹ ਕਿਉਂਕਿ ਕਮ ਸੋ ਕਮ 5 400 ਰੋਟ ਉਹਨਾਂ ਦੇ ਪਾਸ ਹੁੰਦਾ ਹੈ ਇਹ ਦੇ ਹਥਿਆਰ ਤੋਂ ਬਿਨਾ 1 ਮਿੰਟ ਨਹੀਂ ਉਹਨਾਂ ਚੱਲਣਾ ਇਹ ਇਹ ਗੁਰੂ ਦਾ ਹੁਕਮ ਵੀ ਹੈ ਇਹ ਤੁਹਾਨੂੰ ਮੈਂ ਅੱਗੇ ਇੱਕ ਨਾ ਦੱਸੀ ਵੀ ਆ ਕਿ ਇਕਰਾਮ ਮੇਰੇ ਚਾਟੀ ਪਿੰਡ ਤੋਂ ਮੇਰੇ ਨਾਲ ਸ਼ੈਕਲ ਤੇ ਆਏ ਤੇ ਉਹਨਾਂ ਉਹ ਦਿਨ ਮੇਰੇ ਨਾਲ ਆਂਦੇ ਵੀ ਅੱਜ ਮੈਂ ਜਿੱਦਣ ਤੁਹਾਂ ਕਿਹਾ ਸੀ ਵੀ ਅੱਜ ਤੁਹਾਨੂੰ ਸਾਰੇ ਜਾਣਦੇ ਆ ਬੱਚੇ ਜਿਹੜੇ ਮੱਝਾਂ ਚਾਰਦੇ ਆ ਤੇ ਅੱਜ ਤੇਰੇ ਮਗਰ ਸ਼ੈਕਲ ਤੇ ਚੜਿਆ ਮਤਲ ਉਹਨੇ ਕਦੀ ਵੀ ਵਰਤੋਂ ਨਹੀਂ ਕੀਤੀ ਜਾਂ ਮੋਟਰਸ਼ੈਕਲ ਗੱਡੀ ਬਾਅਦ ਚ ਜਦੋਂ ਜ਼ਿਆਦਾ ਉਨ੍ਹਾਂ ਦਾ ਨਾਂ ਚੱਲ ਗਿਆ ਸੀ ਖਾਲਸਾਤਾਂ ਦਾ ਨਹਿਰਾ ਲਾਉਣ ਤੋਂ ਬਾਅਦ ਐਲਾਨ ਕਰਨ ਤੋਂ 20 ਸਾਲ ਤੋਂ ਬਾਅਦ ਉਦੋਂ ਬਾਅਦ ਉਨ੍ਹਾਂ ਕਦੀ ਵੀ ਇਹੋ ਜੀਆਂ ਗੱਡੀਆਂ ਜਾਂ ਮੋਟਰਸਾਈਕਲ ਇਹਨਾਂ ਦੀ ਵਰਤੋਂ ਦਨ ਨਹੀਂ ਕੀਤੀ ਦਨੇ